ਅਸੀਂ ਹਿੰਦੂਆਂ ਦੇ ਨਾਲ ਬੰਗਲਾਦੇਸ਼ 'ਚ ਅੱਤਿਆਚਾਰ ਹੋ ਰਿਹਾ, ਲੇਡੀਜ਼ ਦੇ ਨਾਲ ਰੇਪ ਹੋ ਰਿਹਾ, ਜਿਹੜੇ ਉੱਥੇ ਦੇ ਹਿੰਦੂ ਬਿਜ਼ਨਸਮੈਨ ਨੇ ਉਹਨਾਂ ਨੂੰ ਚਿੰਨਿਤ ਕਰਕੇ, ਉਹਨਾਂ ਨੂੰ ਮਾਰ ਕਰਕੇ ਉਹਨਾਂ ਦੀ ਜਿਹੜੀ ਦੁਕਾਨਾਂ ਨੇ ਉੱਥੇ ਹਮਲਾ ਦਿੱਤਾ ਜਾ ਰਿਹਾ, ਉੱਥੇ ਲੁੱਟ ਖੋਹ ਹੋ ਰਹੀ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਉੱਥੇ ਹਿੰਦੂਆਂ ਦੇ ਨਾਲ ਹੋ ਰਿਹਾ ਅੱਤਿਆਚਾਰ, ਉਹ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ। ਅੱਜ ਸਾਡੇ ਪੂਰੇ ਦੇਸ਼ ਦੇ ਵਿੱਚ ਬਹੁਤ ਰੋਸ਼ ਹੈ ਜੀ, ਕਿਵੇਂ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ 'ਤੇ, ਖਾਸ ਕਰਕੇ ਹਿੰਦੂ ਜਿਨ੍ਹਾਂ ਦੀ ਗੱਲ ਹੀ ਨਹੀਂ ਹੁੰਦੀ, ਹਿੰਦੂਆਂ 'ਤੇ ਕਿਸ ਤਰ੍ਹਾਂ ਅੱਤਿਆਚਾਰ ਹੋ ਰਿਹਾ, ਉਹਦੇ ਖਿਲਾਫ਼ ਅੱਜ ਹਿੰਦੂ ਸੁਰੱਖਿਆ ਮੰਚ ਦੇ ਬੈਨਰ ਦੇ ਨੀਚੇ ਇੱਕ ਬੜਾ ਵੱਡਾ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ, ਜਿੱਥੇ ਮਹਾਨਗਰ ਦੇ ਸਮੂਹ ਹਿੰਦੂ ਸੰਗਠਨ ਅੱਜ ਇਕੱਠੇ ਹੋਏ ਹੈ। ਅਤੇ ਕਿਵੇਂ ਬੰਗਲਾਦੇਸ਼ ਜਿਹੜਾ 13.5-14 ਕਰੋੜ ਲੋਕਾਂ ਦਾ ਦੇਸ਼ ਹੈ, ਜਿੱਥੇ 1.5-2 ਕਰੋੜ ਹਿੰਦੂ ਹੈ, ਅਤੇ 1.5-2 ਕਰੋੜ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਉਹਨਾਂ ਨੂੰ ਕੁਚਲ ਕੇ ਉੱਥੇ ਅੱਗੇ ਵਧਿਆ ਜਾ ਰਿਹਾ। ਤਾਂ ਹਿੰਦੂ ਜੋ ਹੈ ਉਹ ਆਪਣੇ ਇੱਕ ਹੋ ਕੇ ਉਹਨੂੰ ਵਾਰ ਕਰਨ ਲਈ ਤਿਆਰ ਬੈਠਾ ਹੈ। ਅੱਜ ਇੰਨਾ ਵੱਡਾ ਇਕੱਠਾ ਦਾ ਪ੍ਰਮਾਣ ਹੈ ਕਿ ਹਿੰਦੂ ਇੱਕ ਬੈਨਰ ਦੇ ਨੀਚੇ ਹਿੰਦੂ ਇੱਕ ਇਕੱਠਾ ਹੋ ਗਿਆ, ਤੇ ਜਿਹੜਾ ਹੈ ਉਹ ਹੁਣ ਇਸ ਧੱਕੇ ਨੂੰ ਨਹੀਂ ਸਹੇ। ਲੁਧਿਆਣਾ ਦੇ ਵਿੱਚ ਇੱਕ ਐਸੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਹਿੰਦੂ ਸੰਗਠਨ ਅੱਜ ਇਕੱਤਰ ਹੋਇਆ, ਤੇ ਤਮਾਮ ਹਿੰਦੂ ਸੰਗਠਨ ਜਿਹੜਾ ਵਾ ਇੱਥੇ ਤੁਹਾਨੂੰ ਨਜ਼ਰ ਆਏਗਾ, ਉੱਥੇ ਸੰਤ ਸਮਾਜ ਵੀ ਇਕੱਠਾ ਹੈ। ਤੇ ਗੱਲਬਾਤ ਕਰਦੇ ਹਾਂ ਕਿ ਆਖਰ ਅੱਜ ਹਿੰਦੂ ਸੰਗਠਨ ਕਿਉਂ ਇਕੱਠਾ ਹੋਇਆ। ਜੈ ਸ਼੍ਰੀ ਰਾਮ। ਭਗਤ ਜੀ, ਅੱਜ ਹਿੰਦੂ ਸੰਗਠਨ ਇਕੱਠਾ ਹੋਇਆ, ਕੀ ਕਾਰਨ ਹੈ? ਦੇਖੋ, ਹਿੰਦੂ ਨੂੰ ਸੰਗਠਿਤ ਹੋਣ ਦੀ ਜ਼ਰੂਰਤ ਹੈ ਜੋ ਬਾਂਗਲਾਦੇਸ਼ 'ਚ ਹੋ ਰਿਹਾ। ਦੇਖੋ, ਬੜੀ ਸੋਚਣ ਦੀ ਸਾਨੂੰ ਬੜਾ ਵਿਚਾਰ ਕਰਨ ਦਾ ਮਸਲਾ ਹੋ ਚੁੱਕਿਆ। ਪਹਿਲਾਂ ਕਸ਼ਮੀਰ 'ਚ ਹੋਇਆ, ਫਿਰ ਕੇਰਲ 'ਚ ਹੋਇਆ, ਅੱਜ ਬਾਂਗਲਾਦੇਸ਼ ਦੇ ਵਿੱਚ ਸਾਡੇ ਮੰਦਿਰ ਤੋੜੇ ਜਾ ਰਹੇ ਆ, ਸਾਡੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ, ਸਾਡੇ ਹੱਤਿਆ ਕੀਤੀ ਜਾ ਰਹੀ ਹੈ। ਜੇਕਰ ਅਸੀਂ ਸੰਗਠਿਤ ਨਹੀਂ ਹੋਵਾਂਗੇ ਤਾਂ ਅਸੀਂ ਇਕੱਠੇ ਜਾਵਾਂਗੇ। ਮੈਂ ਬਾਰ ਬਾਰ ਕਹਿੰਦਾ, ਸਾਡੇ ਪੰਜਾਬ ਦੀ ਇੱਕ ਐਸੀ ਧਰਤੀ ਹੈ ਜਿੱਥੇ ਸਾਡੇ ਗੁਰੂਆਂ ਨੇ ਸਨਾਤਨ ਧਰਮ ਲਈ ਆਪਣੀ ਸ਼ਹੀਦੀਆਂ ਦਿੱਤੀਆਂ, ਔਰ ਉਹਨਾਂ ਮੁਗਲਾਂ ਨੇ ਸਾਡੇ ਬੱਚਿਆਂ ਨੂੰ ਸਾਡੇ ਕਹਿੰਦੇ ਨਾ ਗੁਰੂ ਸਾਹਿਬ ਦੇ ਉਹਨਾਂ ਸ਼ਹੀਦ ਬੱਚਿਆਂ ਨੂੰ ਜਿਨ੍ਹਾਂ ਦੇ ਕਰਕੇ ਸਨਾਤਨ ਧਰਮ ਕਾਇਮ ਹੈ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਕਰਕੇ ਹਿੰਦ ਦੀ ਚਾਦਰ ਕਿਹਾ ਗਿਆ ਹੈ। ਸਾਨੂੰ ਇਹ ਚੀਜ਼ ਤੋਂ ਉਦੋਂ ਵੀ ਉਹਨਾਂ ਗੁਰੂ ਸਾਹਿਬ ਵੱਲੋਂ ਕਿਹਾ ਗਿਆ ਸੀ, ਵਿਸ਼ਵਾਸ ਕਰਨ ਦੀ ਲੋੜ ਨਹੀਂ। ਅਸੀਂ ਤਾਂ ਆਪਣੇ ਵੱਲੋਂ ਧਰਮ ਦੀ ਕਹਿੰਦੇ ਹਾਂ, ਇੱਕ ਸਾਡੇ ਇੱਕ ਧਰਮ ਸਮਾਨ ਹੈ, ਸਾਰੇ ਧਰਮ ਇੱਕ ਸਮਾਨ ਹੈ। ਅਸੀਂ ਕਹਿੰਦੇ ਸਾਰੇ ਇੱਕ ਧਰਮ ਸਮਾਨ ਹੈ, ਅਗਲੇ ਨਹੀਂ ਸਮਾਨ। ਜਦੋਂ ਵੀ ਲੋਕਾਂ ਨੂੰ ਹਿੰਦੂ ਧਰਮ ਨੂੰ ਬਾਰ ਬਾਰ ਟਾਰਗੇਟ ਕੀਤਾ ਜਾ ਰਿਹਾ, ਸਾਡੀ ਚੁੱਪ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਕੱਲ ਕੋਈ ਐਸੇ ਜੇਕਰ ਹਿੰਦੂ ਉੱਠ ਪਿਆ, ਮੈਂ ਅੱਗੇ ਵੀ ਕਿਹਾ ਇੱਕ ਹੱਥ ਮਾਲਾ ਇੱਕ ਹੱਥ ਬਾਲਾ ਸਾਨੂੰ ਰੱਖਣਾ ਆਉਂਦਾ, ਜੇਕਰ ਹਿੰਦੂ ਖੜਾ ਹੋ ਗਿਆ ਤਾਂ ਹਾਲਾਤ ਕੁਛ ਹੋਰ ਹੋਣਗੇ। ਸਾਨੂੰ ਨਾ ਮਜਬੂਰ ਕੀਤਾ ਜਾਵੇ, ਸਾਡਾ ਸੰਤ ਸਮਾਜ ਇਸੇ ਲਈ ਕਹਿੰਦਾ ਸੰਗਠਿਤ ਹੋਈਏ ਹਿੰਦੂਆਂ ਦੀ ਰੱਖਿਆ ਲਈ। ਜੇਕਰ ਅਸੀਂ ਹਿੰਦੂਆਂ ਦੀ ਰੱਖਿਆ ਲਈ ਨਹੀਂ ਇਕੱਠੇ ਹੋ ਸਕਦੇ, ਸਾਡਾ ਜੀਵਨ ਬੇਅਰਥ ਹੈ। ਹਿੰਦੂ ਸਮਾਜ ਵੀ, ਹਿੰਦੂ ਸੰਗਠਨ ਦੇ ਲੋਕ ਕਹਿੰਦੇ ਹਿੰਦੂ ਧਰਮ ਸਾਡਾ ਪਿੱਛੇ ਜਾ ਰਿਹਾ, ਕੀ ਕਾਰਨ ਲੱਗ ਰਿਹਾ ਕਿ ਇਕੱਤਰ ਨਹੀਂ ਹੋ ਪਾ ਰਹੇ? ਨਹੀਂ, ਅਸੀਂ ਮੈਂ ਅਕਸਰ ਕਹਿੰਦਾ ਅਸੀਂ ਨਾ ਵੰਡੇ ਜਾਂਦੇ ਹਾਂ, ਬਣੀਆ ਬ੍ਰਾਹਮਣ ਖੱਤਰੀ ਸਾਰੇ ਪਾਸੇ ਵੰਡੇ ਜਾ ਰਹੇ ਹਾਂ। ਸਾਨੂੰ ਵੰਡਣ ਦੀ ਲੋੜ ਨਹੀਂ, ਸਾਨੂੰ ਸੰਗਠਿਤ ਹੋਣ ਦੀ ਲੋੜ ਹੈ। ਦੇਖੋ, ਅਸੀਂ ਸੰਗਠਿਤ ਹੋਵਾਂਗੇ ਤਾਂ ਸੰਗਠਿਤ ਰਹਿਣ ਦੀ ਸ਼ਕਤੀ ਹੈ, ਜਦੋਂ ਸੰਗਠਿਤ ਹੋਵਾਂਗੇ ਅਸੀਂ ਬਚੇ ਰਵਾਂਗੇ। ਇਸ ਲਈ ਇੱਕ ਵਾਰ ਫਿਰ ਸਾਰੇ ਜਿੱਥੇ ਵਿਸ਼ਵ 'ਚ ਹਿੰਦੂ ਵਿਰਾਜ ਨੇ, ਜਿੱਥੇ ਜਿੱਥੇ ਹਿੰਦੂ ਰਹਿੰਦੇ ਨੇ, ਉਹਨਾਂ ਨੂੰ ਵਿਸ਼ਵਾਸ ਦਵਾ ਦੇਵੇ ਉਹਨਾਂ ਦਾ ਦੇਸ਼ ਉਹਨਾਂ ਦੇ ਨਾਲ ਹੈ। ਅੱਜ ਸੰਤ ਸਮਾਜ ਇਕੱਠਾ ਇਸ ਲਈ ਹੋਇਆ, ਉਹਨਾਂ ਨੂੰ ਸੰਗਠਿਤ ਲਈ, ਉਹਨਾਂ ਨੂੰ ਵਿਸ਼ਵਾਸ ਦੇਣ ਲਈ। ਅੱਜ ਬਹੁਤ ਵੱਡੀ ਗੱਲ ਹੈ, ਲੁਧਿਆਣੇ ਧਰਤੀ 'ਤੇ ਇਹਨਾਂ ਹਜ਼ਾਰਾਂ ਦਾ ਇਕੱਠ ਇਕੱਠਾ ਹੋਇਆ, ਪੂਰਾ ਸੰਤ ਸਮਾਜ ਇੱਥੇ ਇਕੱਠਾ ਹੋਇਆ, ਇਹ ਸਾਰਿਆਂ ਨੂੰ ਆਪਾਂ ਸੰਗਠਿਤ ਹੋਣ ਦੀ ਲੋੜ। ਜੈ ਸ਼੍ਰੀ ਰਾਮ। ਭਗਤ ਜੀ, ਜਿਵੇਂ ਦੇਖੀਏ ਕਿ ਹੁਣ ਬਹੁਤ ਸਾਰੇ ਲੀਡਰ ਵੀ ਪਹੁੰਚੇ ਨੇ ਅਤੇ ਸੰਤ ਸਮਾਜ ਵੀ ਪਹੁੰਚੇ ਨੇ, ਸੰਤ ਸਮਾਜ ਕਿੱਥੋਂ ਕਿੱਥੋਂ ਦੀ ਪਹੁੰਚੇ? ਦੇਖੋ, ਲਗਭਗ ਸਾਰੀ ਸੰਸਥਾਵਾਂ ਦੇ ਮੁਖੀ ਪਹੁੰਚੇ ਹੋਏ ਨੇ, ਸਾਰੀ
ਸਾਰੀ ਸੰਸਥਾਵਾਂ ਦੇ ਮੁਖੀ ਪਹੁੰਚੇ ਨੇ। ਬੜੇ ਅੱਛੀ ਗੱਲ ਹੈ ਵੀ ਸਨਾਤਨ ਲਈ ਅਸੀਂ ਇੱਕ ਸੰਗਠਿਤ ਹੋ ਰਹੇ ਹਾਂ, ਅਸੀਂ ਇਕੱਠੇ ਹੋ ਰਹੇ ਹਾਂ, ਸਾਨੂੰ ਇਕੱਠੇ ਹੋਣ ਦੀ ਲੋੜ। ਸ਼ਿਵ ਸੈਨਾ ਆਗੂ ਜਿਹੜੇ ਨੇ ਉਹ ਵੀ ਮੇਰੇ ਵਿੱਚ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਕਿਵੇਂ ਦੇਖਦੇ ਹੋ ਕਿ ਬੰਗਲਾਦੇਸ਼ ਦੇ ਵਿੱਚ ਜੋ ਹੋ ਰਿਹਾ ਕੀ ਠੀਕ ਹੋ ਰਿਹਾ? ਬੰਗਲਾਦੇਸ਼ ਜੋ ਆ ਲੋਕਾਂ ਦੇ ਮਨ 'ਚ ਡਰ ਪੈਦਾ ਹੋ ਗਿਆ, ਖਾਸ ਕਰਕੇ ਪੰਜਾਬ ਦੇ ਲੋਕਾਂ 'ਚ, ਕਿਤੇ ਪੰਜਾਬ ਵੀ ਬੰਗਲਾਦੇਸ਼ ਨਾ ਬਣ ਜੇ, ਕਿਤੇ ਪੰਜਾਬ 'ਚ ਫਿਰ ਦੁਬਾਰਾ 1947 ਵਾਲੇ ਹਾਲਾਤ ਨਾ ਹੋ ਜਾਏ। ਲੱਗਦਾ ਕਿ ਹਿੰਦੂ ਸੰਗਠਨ ਜਿਹੜਾ ਇਕੱਠਾ ਹੋ ਰਿਹਾ ਹੈ ਕਿ ਇਕੱਠਾ ਹੋ ਚੁੱਕਾ ਇੱਧਰ? ਬਿਲਕੁਲ, ਦੇਖੋ ਕਣ ਕਣ ਜੋੜਾਂਗੇ ਤਾਂ ਬਿਲਕੁਲ ਪਹਾੜ ਬਣੇਗਾ ਨਾ, ਥੋੜ੍ਹੇ ਥੋੜ੍ਹੇ ਜੋੜਾਂਗੇ ਤਾਂ ਮਿਸਾਲ ਬਣੂਗੀ ਨਾ। ਆਪਾਂ ਕਹਿੰਦੇ ਨਾ ਵੀ ਠੀਕ ਤਾਂ ਇੱਕ ਤਿਨਕਾ ਇਕੱਠਾ ਕੀਤਾ ਤਾਂ ਸਜਾ ਝਾੜੂ ਬਣਦਾ ਵੈ, ਉੱਦਾਂ ਹੀ ਆ। ਅੱਜ ਕੋਸ਼ਿਸ਼ ਹੋਈ ਹੈ, ਸਾਰਾ ਸ਼ਹਿਰ ਆਇਆ, ਆਪਣੇ ਦੁੱਖ 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 ਬੰਗਲਾਦੇਸ਼ ਜੋ ਹੋਇਆ, ਬੰਗਲਾਦੇਸ਼ ਜੋ ਹੋਇਆ ਉਹਦਾ ਦੁੱਖ ਦਾ ਪ੍ਰਗਟਾਵਾ ਕਰਨ ਅੱਜ ਲੋਕ ਆਏ ਨੇ, ਲੋਕ ਦਿਖਾਏ ਨੇ, ਆਏ ਨੇ ਹਮ ਆਪਕੇ ਸਾਥ ਹੈ। ਲੋਕ ਕੀ ਕਹਿਣਾ ਇਹਨੇ, ਅਸੀਂ ਬੰਗਲਾਦੇਸ਼ ਦੇ ਨਾਲ। ਤਾਂ ਇੱਧਰ ਦੇਖ ਸਕਦੇ ਹੋ ਹਿੰਦੂ ਸੰਗਠਨ ਜਿੱਥੇ ਇਕੱਠਾ ਹੈ ਉੱਥੇ ਯੂਥ ਵੀ ਜਿਹੜਾ ਵੈ ਉਹ ਵੀ ਇਕੱਠਾ। ਇੱਧਰ ਪਾਸੇ ਬੈਨਰ ਤੁਸੀਂ ਦੇਖ ਰਹੇ ਹੋਗੇ, ਹਿੰਦੂਇਜ਼ਮ ਸੇਵ ਰਾਈਟ ਟੂ ਲਾਈਫ ਇਨ, ਇੱਧਰ ਸੇਵ ਹਿੰਦੂਜ਼ ਤੇ ਇਨ ਬੰਗਲਾਦੇਸ਼, ਵੀ ਕੀ ਕਾਰਨ ਹੈਗਾ ਜਾਂਦੇ ਵੀ ਸਰ ਕਿਵੇਂ ਦੇਖਦੇ ਹੋ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂ ਸੇਫ ਨਹੀਂ? ਅੱਜ ਸਾਡੇ ਪੂਰੇ ਦੇਸ਼ ਦੇ ਵਿੱਚ ਬਹੁਤ ਰੋਸ਼ ਹੈ ਜੀ, ਕਿਵੇਂ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ ਤੇ ਖਾਸ ਕਰਕੇ ਹਿੰਦੂ ਜਿਨ੍ਹਾਂ ਦੀ ਗੱਲ ਹੀ ਨਹੀਂ ਹੁੰਦੀ, ਹਿੰਦੂਆਂ ਤੇ ਕਿਸ ਤਰ੍ਹਾਂ ਅਤਿਆਚਾਰ ਹੋ ਰਿਹਾ, ਉਹਦੇ ਖਿਲਾਫ ਅੱਜ ਹਿੰਦੂ ਸੁਰੱਖਿਆ ਮੰਚ ਦੇ ਬੈਨਰ ਦੇ ਨੀਚੇ ਇੱਕ ਬੜਾ ਵੱਡਾ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ, ਜਿੱਥੇ ਮਹਾਨਗਰ ਦੇ ਸਮੂਹ ਹਿੰਦੂ ਸੰਗਠਨ ਅੱਜ ਇਕੱਠੇ ਹੋਏ ਹੈ ਤੇ ਕਿਵੇਂ ਬੰਗਲਾਦੇਸ਼ ਜਿਹੜਾ 13.5-14 ਕਰੋੜ ਲੋਕਾਂ ਦਾ ਦੇਸ਼ ਹੈ, ਜਿੱਥੇ 1.5-2 ਕਰੋੜ ਹਿੰਦੂ ਹੈ ਤੇ 1.5-2 ਕਰੋੜ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਉਹਨਾਂ ਨੂੰ ਕੁਚਲ ਕੇ ਉੱਥੇ ਅੱਗੇ ਵਧਿਆ ਜਾ ਰਿਹਾ, ਉਹਦੇ ਖਿਲਾਫ ਇੱਕ ਧਰਨਾ ਅੱਜ ਦਿੱਤਾ ਗਿਆ। ਮੈਂ ਜਦ ਅੱਜ ਉਸ ਦਿਨ ਪੜ੍ਹ ਰਿਹਾ ਸੀ ਬੰਗਲਾਦੇਸ਼ ਦੇ ਬਾਰੇ ਤੇ ਉਹ ਪੜ੍ਹਿਆ ਵੀ ਬੰਗਲਾਦੇਸ਼ ਤੀਜਾ ਇਸ ਤਰ੍ਹਾਂ ਦਾ ਸਭ ਤੋਂ ਵੱਡਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਹਿੰਦੂ ਜਨਸੰਖਿਆ ਹੈ। ਜੈ ਜੀ, ਬੜਾ ਇਹ ਅੱਜ ਮੰਦਭਾਗਾ ਜਿਹੜਾ ਹੈ ਤੇ ਪਤਾ ਲੱਗਦਾ, ਜਿੱਥੇ ਸਭ ਤੋਂ ਵੱਧ ਹਿੰਦੂ ਨੇ, ਜਿੱਥੇ ਸੈਕਿੰਡ ਲਾਰਜੈਸਟ ਮਤਲਬ ਸਭ ਤੋਂ ਵੱਧ ਉੱਥੇ ਮੁਸਲਮਾਨ ਹੈ, ਉਸ ਤੋਂ ਬਾਅਦ ਹਿੰਦੂ ਪਾਪੂਲੇਸ਼ਨ ਸਭ ਤੋਂ ਵੱਧ ਹੈ, ਉੱਥੇ ਹਿੰਦੂਆਂ ਦੇ ਨਾਲ ਇਸ ਤਰ੍ਹਾਂ ਦਾ ਜੋ ਧੱਕਾ ਹੋ ਰਿਹਾ ਉਹਦੇ ਖਿਲਾਫ ਪੂਰਾ ਦੇਸ਼, ਖਾਸ ਕਰਕੇ ਦੇਸ਼ ਦਾ ਹਿੰਦੂ ਜੋ ਆ ਇਕੱਠਾ, ਤੇ ਅੱਜ ਇਹ ਜੋ ਠਾਠਾ ਮਾਰਦਾ ਇਕੱਠਾ ਹੈ, ਇੱਕ ਇੱਕ ਉਸ ਸ਼ਖਸ ਨੂੰ, ਉਸ ਇਨਸਾਨ ਨੂੰ ਕਲੀਅਰ ਕੱਟ ਮੈਸੇਜ ਦੇ ਰਿਹਾ, ਜੇ ਹਿੰਦੂਆਂ ਵੱਲ ਇੱਕ ਵੀ ਮਾੜੀ ਅੱਖ ਚੱਕ ਕੇ ਆਪਾਂ ਦੇਖਾਂਗੇ ਤਾਂ ਹਿੰਦੂ ਜੋ ਹੈ ਉਹ ਆਪਣੇ ਇੱਕ ਹੋ ਕੇ ਉਹਨੂੰ ਵਾਰ ਕਰਨ ਲਈ ਤਿਆਰ ਬੈਠਾ ਹੈ। ਅੱਜ ਇੰਨਾ ਵੱਡਾ ਇਕੱਠਾ ਦਾ ਪ੍ਰਮਾਣ ਹੈ ਕਿ ਹਿੰਦੂ ਇੱਕ ਬੈਨਰ ਦੇ ਨੀਚੇ ਹਿੰਦੂ ਇੱਕ ਇਕੱਠਾ ਹੋ ਗਿਆ ਤੇ ਜਿਹੜਾ ਹੈ ਉਹ ਹੁਣ ਇਸ ਧੱਕੇ ਨੂੰ ਨਹੀਂ ਸਹਿ। ਕੀ ਜ਼ੁਲਮ ਕੀ ਕਰ ਰਹੇ ਨੇ ਬੰਗਲਾਦੇਸ਼ ਹਿੰਦੂਆਂ ਦੇ ਉੱਪਰ, ਕੀ ਕਰ ਰਹੇ ਨੇ? ਤੁਸੀਂ ਦੇਖੋ ਜਦੋਂ ਸ਼ੇਖ ਹਸੀਨਾ ਜਿਹੜੇ ਉੱਥੇ ਦੇ ਉਸ ਦੇਸ਼ ਦੇ ਮੁਖੀ ਨੇ, ਉਹਨਾਂ ਨੇ ਦੇਸ਼ ਛੱਡਿਆ, ਭਾਰਤ ਨੇ ਉਹਨਾਂ ਨੂੰ ਸ਼ਰਨ ਦਿੱਤੀ, ਗਾਜ਼ੀਆਬਾਦ 'ਚੋਂ ਅੱਜ ਵੀ ਨੇ, ਭਾਰਤ ਨੇ ਤਾਂ ਸਮਝ ਲਓ ਉਹਨਾਂ ਨੂੰ ਇੱਕ ਸ਼ਰਨ ਦਿੱਤੀ, ਉਹਨਾਂ ਦਾ ਸਵਾਗਤ ਕੀਤਾ, ਉਹ ਸਾਡੇ ਲਈ ਅੱਜ ਇੱਕ ਅਤਿਥੀ ਹੈ, ਇੱਕ ਗੈਸਟ ਨੇ, ਪਰ ਉਹੀ ਭਾਰਤ ਜਿੱਥੇ ਹਿੰਦੂਆਂ ਦੀ ਜਨਸੰਖਿਆ ਸਭ ਤੋਂ ਵੱਧ ਹੈ, ਉਸੇ ਹਿੰਦੂਆਂ ਦੇ ਨਾਲ ਬੰਗਲਾਦੇਸ਼ 'ਚ ਅਤਿਆਚਾਰ ਹੋ ਰਿਹਾ, ਲੇਡੀਜ਼ ਦੇ ਨਾਲ ਰੇਪ ਹੋ ਰਿਹਾ, ਜਿਹੜੇ ਉੱਥੇ ਦੇ ਹਿੰਦੂ ਬਿਜ਼ਨਸਮੈਨ ਨੇ ਉਹਨਾਂ ਨੂੰ ਚਿੰਨਿਤ ਕਰਕੇ, ਉਹਨਾਂ ਨੂੰ ਮਾਰ ਕਰਕੇ ਉਹਨਾਂ ਦੀ ਜਿਹੜੀ ਦੁਕਾਨਾਂ ਨੇ ਉੱਤੇ ਹਮਲਾ ਦਿੱਤਾ ਜਾ ਰਿਹਾ, ਉੱਤੇ ਲੁੱਟ ਖੋਹ ਹੋ ਰਹੀ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਉੱਥੇ ਹਿੰਦੂਆਂ ਦੇ ਨਾਲ ਹੋ ਰਿਹਾ ਅਤਿਆਚਾਰ, ਉਹ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ। ਪੂਰਾ ਦੇਸ਼ ਇੱਕੋ ਆਵਾਜ਼ ਉੱਠ ਰਿਹਾ ਕਿ ਜੋ ਹਿੰਦੂ ਹੈ ਉਹ ਹਿੰਦੂ ਦਾ ਇੱਕ ਵੀ ਕੋਈ ਵੀ ਨੁਕਸਾਨ ਜਿਹੜਾ ਹੈ ਪੂਰੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਹੁੰਦਾ ਤੇ ਉਹ ਭਾਰਤ ਦੇ ਵਾਰ ਰੱਖ ਚੱਕ ਕੇ ਦੇਖਦਾ। ਅੱਜ ਸਾਨੂੰ ਸਮਝਣ ਦੀ ਲੋੜ ਹੈ ਕਿ ਜਦੋਂ ਦੇਸ਼ ਦੇ ਵਿੱਚ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਆ ਰਿਹਾ ਸੀ ਤੇ ਉਹ ਕਿੰਨਾ ਜ਼ਰੂਰੀ ਸੀ, ਕਿਵੇਂ ਦੂਜੇ ਦੇਸ਼ਾਂ ਦੇ ਵਿੱਚ ਜਿਹੜੇ ਘੱਟ ਗਿਣਤੀ ਨੇ ਸਪੈਸ਼ਲੀ ਹਿੰਦੂ ਸਿੱਖ ਜਿਹੜਾ ਅਤਿਆਚਾਰ ਉਹਨਾਂ ਤੇ ਹੋ ਰਿਹਾ, ਕਿਸ ਤਰ੍ਹਾਂ CAA ਉਹਨਾਂ ਨੂੰ ਇੱਕ ਪ੍ਰੋਟੈਕਸ਼ਨ ਦੇ ਰਿਹਾ ਸੀ, ਉਹਨਾਂ ਨੂੰ ਸੁਰੱਖਿਆ ਦੇ ਰਿਹਾ ਸੀ। ਸੋ ਅੱਜ ਪੂਰੇ ਦੇਸ਼ ਨੂੰ
ਖਾਸ ਕਰਕੇ ਸਾਡੇ ਹਿੰਦੂਆਂ ਨੂੰ ਸਿੱਖ ਸਮਾਜ ਨੂੰ ਸਮਝਣ ਦੀ ਲੋੜ ਹੈ ਕਿ ਕਿਵੇਂ ਸੀਏ ਦੇ ਤਹਿਤ ਹਿੰਦੂਆਂ ਨੂੰ ਸਿੱਖਾਂ ਨੂੰ ਜਿਹੜੀ ਪ੍ਰੋਟੈਕਸ਼ਨ ਮਿਲ ਰਹੀ ਸੀ ਅੱਜ ਬੰਗਲਾਦੇਸ਼ ਦਾ ਜਿਹੜਾ ਆਪਾਂ ਦੇਖਦੇ ਹਾਂ ਉਹ ਸਾਬਿਤ ਕਰਦਾ ਕਿ ਸੀਏ ਅੱਜ ਦੇਸ਼ ਲਈ ਜ਼ਰੂਰਤ ਬਣ ਗਿਆ ਤੇ ਜੋ ਹੁਣ ਦੇਖਣਾ ਹੋਵੇਗਾ ਕਿ ਕਿਵੇਂ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਲਾਗੂ ਕਰਦੀ ਹੈ। ਹੁਣ ਪੰਜਾਬ ਦੇ ਹਿੰਦੂਆਂ ਦੀ ਮੰਗ ਕੀ ਹੈ ਬੰਗਲਾਦੇਸ਼ ਦੇ ਪ੍ਰਤੀ, ਜਾਂ ਉੱਥੋਂ ਆਪਣੇ ਜਿਹੜੇ ਹਿੰਦੂ ਭਰਾ ਨੇ ਉਹਨਾਂ ਨੂੰ ਵਾਪਸ ਬੁਲਾਉਣਾ, ਜਾਂ ਫਿਰ ਉੱਥੇ ਹੀ ਉਹਨਾਂ ਨੂੰ ਸੇਫ ਮਹਿਸੂਸ ਫੀਲ ਕਰਨਾ? ਦੇਖੋ ਜੀ, ਪੰਜਾਬ ਦੇ ਹਿੰਦੂਆਂ ਦੀ ਨਹੀਂ, ਪੂਰੇ ਦੇਸ਼ ਦੇ ਹਿੰਦੂਆਂ ਦੀ ਇੱਕੋ ਇੱਕ ਮੰਗ ਹੈ ਕਿ ਜਿਹੜਾ ਹਿੰਦੂ ਉੱਥੇ ਅੱਜ ਅਸੁਰੱਖਿਅਤ ਮਹਿਸੂਸ ਕਰ ਰਿਹਾ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਉੱਥੇ ਸੇਫਟੀ ਪ੍ਰੋਵਾਈਡ ਕੀਤੀ ਜਾਵੇ, ਉੱਥੇ ਉਹਨਾਂ ਨੂੰ ਸੇਫ ਕੀਤਾ ਜਾਵੇ। ਇਨ ਕੇਸ ਉੱਥੇ ਇੱਦਾਂ ਦੇ ਕੁਝ ਲੋਕ ਹੈਗੇ ਆ ਜਿਨ੍ਹਾਂ ਨੂੰ ਲੱਗਦਾ ਕਿ ਉੱਥੇ ਸੁਰੱਖਿਅਤ ਨਹੀਂ ਹੈ, ਭਾਰਤ ਨੂੰ ਇਹਦਾ ਪੂਰਾ ਬੰਦੋਬਸਤ ਕਰਨਾ ਚਾਹੀਦਾ, ਕਿੱਦਾਂ ਉਹਨਾਂ ਨੂੰ ਇੱਥੇ ਲਿਆ ਕੇ ਇੱਥੇ ਦੀ ਨਾਗਰਿਕਤਾ ਦਿੱਤੀ ਜਾਵੇ, ਤਾਂ ਕਿ ਜਿਹੜੇ ਹਿੰਦੂ ਨੇ ਉਹਨਾਂ ਲਈ ਤਾਂ ਹੋਰ ਕੋਈ ਦੇਸ਼ ਹੀ ਨਹੀਂ ਹੈਗੇ, ਮੁਸਲਮਾਨਾਂ ਲਈ ਬਹੁਤ ਦੇਸ਼ ਨੇ, ਪਰ ਹਿੰਦੂਆਂ ਲਈ ਇੱਕੋ ਇੱਕ ਦੇਸ਼ ਹੈ ਜਿੱਥੇ ਹਿੰਦੂ ਸੁਰੱਖਿਅਤ ਮਹਿਸੂਸ ਕਰਦੇ। ਹਿੰਦੂ ਛੱਡੋ ਜੀ, ਸ਼ੇਖ ਹਸੀਨਾ ਤਾਂ ਹਿੰਦੂ ਨਹੀਂ ਹੈ, ਉਹਨੂੰ ਵੀ ਇੱਕੋ ਹੀ ਦੇਸ਼ ਲੱਭਿਆ ਜਿੱਥੇ ਸਭ ਤੋਂ ਸੁਰੱਖਿਅਤ ਉਹ ਮਹਿਸੂਸ ਕਰ ਰਹੀ ਹੈ, ਉਹ ਭਾਰਤ ਹੈ, ਤੇ ਹਿੰਦੂਆਂ ਲਈ ਤਾਂ ਹੋਰ ਕੋਈ ਸੁਰੱਖਿਅਤ ਦੇਸ਼ ਹੋ ਹੀ ਨਹੀਂ ਸਕਦਾ। ਤੇ ਇੱਕੋ ਹੀ ਜਿਹੜੀ ਗੱਲ ਹੈ ਉਹ ਭਾਰਤ ਮਾਤਾ ਕੀ ਜੈ ਦੀ ਜਿਹੜਾ ਜੈ ਘੋਸ਼ ਸਾਡਾ ਹੈ, ਉਹ ਸਿਰਫ ਜੈ ਘੋਸ਼ ਨਹੀਂ ਹੈ, ਉਹ ਇੱਕ ਨਾਰਾ ਨਹੀਂ, ਉਹ ਇੱਕ ਫੀਲਿੰਗ ਹੈ। ਤੇ ਅੱਜ ਉੱਥੇ ਦਾ ਹਿੰਦੂ ਵੀ ਇਹ ਫੀਲ ਕਰ ਰਿਹਾ ਕਿ ਭਾਰਤ ਮਾਤਾ ਦੀ ਜੈ ਹੈ, ਤੇ ਹਿੰਦੂ ਸਿਰਫ ਤੇ ਸਿਰਫ ਭਾਰਤ ਦੇਸ਼ ਵਿੱਚ ਸੁਰੱਖਿਅਤ। ਜੇ ਜ਼ਰੂਰਤ ਪੈਂਦੀ ਹੈ ਤਾਂ ਇੱਥੋਂ ਦਾ ਹਿੰਦੂ ਸਮਾਜ ਜਿਹੜਾ ਬੰਗਲਾਦੇਸ਼ ਜਾ ਕੇ ਉਹਨਾਂ ਦੀ ਸੁਰੱਖਿਆ ਕਰੇਗਾ ਕਿ? ਦੇਖੋ ਅਜਿਹਾ ਜੀ, ਇਹ ਤਾਂ ਬੜੀ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਹਦੀ ਪ੍ਰੈਕਟੀਕਲ ਪੋਸੀਬਿਲਟੀ ਤਾਂ ਸਰਕਾਰ ਦੇਖੇਗੀ, ਪਰ ਸਰਕਾਰ ਦੇ ਹੱਥ ਵਿੱਚ ਤਾਂ ਬਿਲਕੁਲ ਹੈ, ਸਰਕਾਰ ਨੂੰ ਉਹਨਾਂ ਦੀ ਜਿਹੜੇ ਉਹਨਾਂ ਦੇ ਕਾਊਂਟਰਪਾਰਟ ਉੱਧਰ ਦੀ ਸਰਕਾਰ ਹੈ ਉਹਨਾਂ ਦੇ ਨਾਲ ਔਨ ਟੇਬਲ ਟਾਕ ਕਰਨੀ ਚਾਹੀਦੀ ਹੈ। ਅੱਗੇ ਯੂਕਰੇਨ 'ਚੋਂ ਵੀ ਕੱਢੇ ਆ, ਅਫਗਾਨਿਸਤਾਨ 'ਚੋਂ ਵੀ ਕੱਢੇ ਆ, ਘੱਟ ਗਿਣਤੀਆਂ ਦੇ ਲੋਕ ਬਹੁਤ ਕੱਢੇ ਆ, ਅਤੇ ਬੰਗਲਾਦੇਸ਼ 'ਤੇ ਇੱਦਾਂ ਦੀ ਕੋਈ ਗੱਲ ਹੀ ਨਹੀਂ ਹੈ। ਅਤੇ ਮੈਨੂੰ ਲੱਗਦਾ ਕਿ ਸਰਕਾਰ ਨੂੰ ਆਪਣਾ ਪੂਰਾ ਜ਼ੋਰ ਲਾਉਣਾ ਚਾਹੀਦਾ, ਅਤੇ ਇੱਕ ਇੱਕ ਹਿੰਦੂ ਨੂੰ ਮਾਰਕ ਆਊਟ ਕਰਕੇ ਉੱਥੋਂ ਕੱਢਣਾ ਚਾਹੀਦਾ। ਹਿੰਦੂ ਛੱਡੋ ਜੀ, ਇਹ ਤਾਂ ਰੋਜ਼ ਤਰਨਾ ਹਿੰਦੂ ਅਤੇ ਹੋਰ ਘੱਟ ਗਿਣਤੀ, ਉੱਥੇ ਸਿੱਖ ਵੀ ਹੋਣਗੇ, ਉੱਥੇ ਹੋ ਸਕਦਾ ਪਾਰਸੀ ਵੀ ਹੋਣਗੇ, ਬੁੱਧਿਸਟ ਵੀ ਬਹੁਤ ਨੇ, ਹਿੰਦੂ ਸਭ ਤੋਂ ਵੱਧ ਨੇ, ਹਿੰਦੂ 2.5 ਕਰੋੜ ਨੇ ਉੱਥੇ। ਅਤੇ ਮੈਨੂੰ ਲੱਗਦਾ ਕਿ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਲਈ ਸਾਡੇ ਦੇਸ਼ ਦੀ ਸਰਕਾਰ ਨੂੰ, ਪ੍ਰਧਾਨ ਮੰਤਰੀ ਜੀ ਨੂੰ ਉੱਥੇ ਜ਼ਰੂਰ ਉੱਥੇ ਦੇਣਾ ਚਾਹੀਦਾ, ਉਹ ਦੇ ਵੀ ਰਹੇ ਹੋਣਗੇ। ਸੋ ਸਾਡੀ ਇੱਕੋ ਇੱਕ ਗੁਜ਼ਾਰਿਸ਼ ਹੈ ਕਿ ਉੱਥੇ ਹਿੰਦੂਆਂ ਨੂੰ ਸੇਫ ਕਰੋ, ਜੇ ਉੱਥੇ ਉਹ ਸੇਫ ਨਹੀਂ ਫੀਲ ਕਰਦੇ ਸਾਡੇ ਦੇਸ਼ 'ਚ ਉਹਨਾਂ ਨੂੰ ਸ਼ਰਨ ਮਿਲਣੀ ਚਾਹੀਦੀ।